ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਏ ਸ਼ਖਸ ਨੂੰ ਪੁਲਿਸ ਦੇ ਸਾਹਮਣੇ ਜਾ ਕੇ ਬਿਆਨ ਦਰਜ ਕਰਾਉਣੇ ਪੈਣ। ਸੁਖਬੀਰ ਬਾਦਲ ਮਹਿਸੂਸ ਕਰੇ ਨਾ ਕਰੇ, ਬਾਦਲ ਸਾਹਿਬ ਮਹਿਸੂਸ ਕਰਨ ਨਾ ਕਰਨ, ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਮੈਂ ਮਹਿਸੂਸ ਕਰਦਾ ਵੀ ਆ। ਕਾਰਨ ਕਿਉਂ ਬਣੇ? ਆਹ ਕਾਰਨ ਇਸ ਕਰਕੇ ਬਣੇ ਵੀ ਸੁਖਬੀਰ ਬਾਦਲ ਦਾ ਜਿਹੜਾ ਅਹੰਕਾਰ ਹੈ, ਅਦਰਵਾਈਜ਼ ਬਾਦਲ ਸਾਹਿਬ ਨੇ ਜਿਹੜੀ ਗੱਲ ਰੱਖਣੀ ਸੀ ਅੱਜ ADGP ਜਾਂ ਕੁੰਵਰ ਵਿਜੇ ਪ੍ਰਤਾਪ ਦੇ ਸਾਹਮਣੇ ਰੱਖਣ ਦੀ ਨੌਤ, ਉਹਨਾਂ ਨੂੰ ਤਾਂ ਚਾਹੀਦਾ ਸੀ ਵਿਧਾਨ ਸਭਾ ਦੇ ਫਲੋਰ 'ਤੇ ਜਾ ਕੇ ਜਵਾਬ ਦਿੰਦੇ। ਰਿਪੋਰਟ ਦੇ ਤਹਿਤ ਬਣੀ ਹੋਈ SIT ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਾਉਣਾ, ਤਾਂ ਮੈਂ ਸਮਝਦਾ ਵੀ ਆਪਣੀ ਪਹਿਲਾਂ ਵੀ ਆ ਜੋ ਕੁਛ ਹੋ ਰਿਹਾ ਆਪਣੀ ਗਲਤੀਆਂ ਦਾ ਖਾਮਿਆਜ਼ਾ ਭੁਗਤ ਰਹੇ ਜੋ ਇਹਨਾਂ ਨੇ ਕੰਮ ਕੀਤੇ ਹੈ, ਜਿਹਦੇ ਚੱਲਦੇ ਹੋਏ ਨਾ ਸਿਰਫ ਧਰਮ ਦਾ ਕਾਂਡ ਕੀਤਾ, ਇਹਨਾਂ ਨੇ ਸਿੱਖੀ ਦਾ ਕਾਂਡ ਕੀਤਾ, ਨਿਰਦੋਸ਼ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੇ ਆਦੇਸ਼ ਜਿਹੜੇ ਦਿੱਤੇ ਹੈ, ਉਹਨਾਂ ਦਾ ਖਾਮਿਆਜ਼ਾ ਬਾਦਲ ਸਾਹਿਬ ਭੁਗਤ ਰਹੇ, ਚਾਹੇ ਬਾਦਲ ਸਾਹਿਬ ਕੁਛ ਹੀ ਕਹਿੰਦੇ ਰਹਿਣ। ਬਟ ਆ ਇੱਕ ਬੜਾ ਸ਼ਰਮਨਾਕ ਦਿਨ ਹੈ ਵੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਛੱਡ ਕੇ ਅਤੇ ਉਹਨਾਂ ਨੇ ਆਹ ਚੂਜ਼ ਕੀਤਾ ਉਹਨਾਂ ਲੋਕਾਂ ਦੇ ਕਹਿਣ ਨਾਲ ਵੀ ਅੱਜ ਜਾ ਕੇ ਪੁਲਿਸ ਦੇ ਸਾਹਮਣੇ ਬਿਆਨ ਦਿੱਤਾ। ਹੁਣ ਆਹ ਦੂਜਾ ਵਾਕਿਆ ਹੋ ਰਿਹਾ ਵੀ ਬਾਦਲ ਸਾਹਿਬ ਜਿਹਨਾਂ 'ਤੇ ਇਲਜ਼ਾਮ, ਉਹ ਕਹਿ ਰਹੇ ਵੀ ਮੈਂ ਚੂਜ਼ ਕਰੂੰਗਾ ਵੀ ਮੇਰਾ ਇਨਵੈਸਟੀਗੇਸ਼ਨ ਅਫਸਰ ਕੌਣ ਹੋਊਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਪ੍ਰਮੋਦ ਕੁਮਾਰ, ਦੇ ਆਰ ਆਲ ਆਊਟਸਟੈਂਡਿੰਗ ਆਫਿਸਰਸ, ਸੱਚਾਈ ਸਾਹਮਣੇ ਆਊਗੀ, ਇਹਨਾਂ ਗੱਲਾਂ 'ਚ ਹੁਣ ਭੱਜ ਨਹੀਂ ਸਕਦੇ।